ਪੰਜਾਬੀ ਸਿਨੇਮੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਲਗਾਤਾਰ ਬੁਲੰਦੀਆਂ 'ਤੇ ਜਾ ਰਿਹਾ ਅਤੇ ਇਸ ਨੂੰ ਲੈ ਕੇ ਪੰਜਾਬੀ ਕਲਾਕਾਰ ਇੱਕ ਮੰਚ 'ਤੇ ਇਕੱਠੇ ਹੋ ਰਹੇ ਨੇ। ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਬਚਾਉਣ ਲਈ ਵਿਰਸੇ ਪੰਜਾਬ ਦੇ ਅਵਾਰਡ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਗਾਇਕ ਪੰਮੀ ਬਾਈ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਕੇ ਬਾਈ ਜੀ, ਅਵਾਰਡ ਸ਼ੁਰੂ ਕਰਨ ਜਾ ਰਹੇ ਹੋ ਵਿਰਸੇ ਪੰਜਾਬ ਦੇ, ਕੀ ਵਜ੍ਹਾ ਰਹੀ ਇਹਨੂੰ ਸ਼ੁਰੂ ਕਰਨ ਜਾ ਰਹੇ ਹੋ? ਦੇਖੋ, ਇਹ ਸੁਪਨਾ ਤਾਂ ਮੈਡਮ ਸੁੱਖੀ ਬਰਾੜ ਨੇ ਸਿਰਜੇ ਆ, ਅਸੀਂ ਤਾਂ ਸਪੋਰਟਿੰਗ ਹੈਗੇ ਹਾਂ ਉਹਦੇ 'ਚ ਕਿ ਵੀ ਅੱਛੀ ਗੱਲ ਹੈਗੀ। ਉਹਨਾਂ ਨੇ ਪਿਛਲੇ ਸਾਲ ਵੀ ਇਹ ਫੰਕਸ਼ਨ ਕੀਤਾ ਸੀ ਅਤੇ ਇਸ ਸਾਲ ਥੋੜ੍ਹੇ ਵੱਡੀ ਪੱਧਰ 'ਤੇ ਕਰਨਾ ਚਾਹੁੰਦੇ ਨੇ ਕਿ ਜਿਹਦੇ 'ਚ ਵਿਚਾਰੇ ਜਿਹੜੇ ਸਕੈਟਰਡ ਹੋਏ ਕਲਾਕਾਰ ਨੇ, ਜਿਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ, ਕੋਈ ਸਰਕਾਰ ਨਹੀਂ ਪੁੱਛ ਰਹੀ, ਕੁਛ ਨਹੀਂ ਪੁੱਛ ਰਿਹਾ, ਪਰ ਉਹਨਾਂ ਦੀਆਂ ਅਚੀਵਮੈਂਟਸ ਬਹੁਤ ਵੱਡੀਆਂ ਨੇ, ਉਹੋ ਜਿਹੇ ਲੋਕਾਂ ਨੂੰ ਇੱਕ ਮੰਚ 'ਤੇ ਲਿਆ ਕੇ ਸਨਮਾਨਿਤ ਕਰਨਾ ਉਹ ਵੱਡੀ ਗੱਲ ਹੈਗੀ ਹੈ। ਨਵੇਂ ਬਡਿੰਗ ਆਰਟਿਸਟਾਂ ਨੂੰ ਉਹਨਾਂ ਨੂੰ ਹਲੂਣਾ ਦੇਣਾ ਕਿ ਤੁਸੀਂ ਆਹ ਕੰਮ ਕਰੋ ਹੈ ਅਤੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਅਤੇ ਉਹ ਵੀ ਵੱਡੀ ਗੱਲ ਹੈਗੀ ਹੈ। ਸੋ ਇਸ ਕਿਸਮ ਦਾ ਇੱਕ ਜਿਹੜਾ ਹੈਗਾ ਵਿਰਸੇ ਦੇ ਵਾਰਸ ਨਾਂ ਦੇ ਉੱਤੇ ਪ੍ਰੋਗਰਾਮ ਅਲੀਕਿਆ, ਜਿਹੜਾ ਨਵੰਬਰ ਲਾਸਟ ਜਾਂ ਦਸੰਬਰ ਦੇ ਫਸਟ ਵੀਕ, ਉਹ ਲੋਕਾਂ ਦੀ ਕਲਾਕਾਰਾਂ ਦੀ ਅਵੇਲੇਬਿਲਿਟੀ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਕਰਨ ਦੇ ਲਈ ਟੀਚਾ ਮਿੱਥੇ ਹੈ, ਅਤੇ ਉਹਦੇ 'ਚ ਵੱਖ ਵੱਖ ਸ਼ੋਭਿਆਂ ਦੇ ਕਲਾਕਾਰਾਂ ਨੂੰ ਓਨਰ ਕੀਤਾ ਜਾਊਗਾ ਹੈ, ਅਤੇ ਪਲੱਸ ਲਾਈਵ ਪਰਫੋਰਮੈਂਸਿਸ ਕੀਤੀਆਂ ਜਾਣਗੀਆਂ ਜਿਹਦੇ 'ਚ ਡਾਂਸ ਵਧਾਵਾਂ ਵੀ ਅਤੇ ਫੋਕ ਸਿੰਗਿੰਗ ਦੀਆਂ ਵਧਾਵਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਰੱਖੀਆਂ ਜਾਣਗੀਆਂ। ਉਹਦੇ 'ਚ ਫਿਲਮਾਂ ਦੇ ਕਲਾਕਾਰਾਂ ਨੂੰ ਵੀ ਓਨਰ ਕੀਤਾ ਜਾਊਗਾ। ਸੋ ਇਸ ਕਿਸਮ ਦਾ ਇਹ ਜਿਹੜਾ ਹੈਗਾ ਇੱਕ ਕਨਸੀਵ ਕੀਤਾ ਉਹਨਾਂ ਨੇ, ਅਤੇ ਅਸੀਂ ਉਹਨਾਂ ਦੇ ਨਾਲ ਹਾਂ। ਚੰਗੀ ਸੋਚ ਆ, ਤੁਸੀਂ ਵਿਰਸੇ ਦੇ ਵਾਰਸ ਪ੍ਰੋਗਰਾਮ ਸ਼ੁਰੂ ਕਰ ਰਹੇ ਹੋ, ਅਵਾਰਡ ਦਿੱਤੇ ਜਾ ਰਹੇ, ਬਹੁਤ ਸਾਰੇ ਲੋਕ ਤਾਂ ਵਿਰਸੇ ਨਾਲ ਟੁੱਟਦੇ ਜਾ ਰਹੇ ਆ, ਇਹ ਗੱਲ ਤਾਂ ਕੋਈ ਕਰਦਾ ਹੀ ਨਹੀਂ ਹੈਗਾ। ਦੇਖੋ, ਕਾਰਨ ਇਹ ਆ ਕਿ ਵੀ ਸੱਚੇ ਪਾਤਸ਼ਾਹ ਕਿਸੇ 'ਤੇ ਡਿਊਟੀ ਲਾਉਂਦਾ ਨਾ, ਅਤੇ ਸਾਡੀ ਡਿਊਟੀ ਲੱਗੀ ਹੋਈ ਆ ਕਿ ਅਸੀਂ ਆਪਦੀ ਮਾਂ ਬੋਲੀ ਦੇ ਲਈ, ਆਪਦੇ ਵਿਰਸੇ ਦੇ ਲਈ ਨਿਰੰਤਰ ਪਿਛਲੇ 30-35 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ, ਅਤੇ ਉਸ ਸੋਚ ਨੂੰ ਅਸੀਂ ਪ੍ਰਣਾਏ ਹੋਏ ਹਾਂ, ਅਤੇ ਇਸ ਕਰਕੇ ਉਹ ਕਮਿਟਮੈਂਟ ਨੂੰ ਲੈ ਕੇ ਹੀ ਇਹ ਸਾਰਾ ਜਿਹੜਾ ਹੈਗਾ ਮਤਲਬ ਕਿ ਇੱਕ ਮਨ ਦੇ ਵਿੱਚ ਸੋਚ ਹੈਗੀ ਹੈ। ਸੋ ਸੁਖੀ ਜੀ ਇਸ ਗੱਲ ਨੂੰ ਉਹ ਮੂਹਰੇ ਲੱਗੇ ਨੇ, ਅਤੇ ਉਹਨਾਂ ਦੇ ਆਪਦੇ ਮੰਚ ਵੱਲੋਂ ਪਿਛਲੇ ਸਾਲ ਵੀ ਉਹਨਾਂ ਨੇ ਕਾਫੀ ਅੱਛਾ ਕੰਮ ਕੀਤਾ, ਅਤੇ ਇਸ ਬਾਰੇ ਲੱਗਦਾ ਕਿ ਉਹਦੇ ਨਾਲ ਹੋਰ ਬਿਹਤਰ ਹੋਊਗਾ। ਦੱਸ ਰਹੇ ਹੋ ਕਿ ਨਵੇਂ ਨੌਜਵਾਨਾਂ ਨੂੰ ਅੱਗੇ ਲਿਆਉਣ ਦੇ ਲਈ ਕੰਮ ਸ਼ੁਰੂ ਕੀਤਾ, ਚੰਗੀ ਪਹਿਲ ਕਰ ਰਹੇ ਹੋ, ਪਰ ਬਹੁਤੇ ਤਾਂ ਅੱਜ ਕੱਲ੍ਹ ਨੌਜਵਾਨ ਵਿਰਸੇ ਨਾਲ ਜੁੜੇ ਹੀ ਨਹੀਂ ਹੈਗੇ, ਵਿਰਸੇ ਦਾ ਤਾਂ ਪਤਾ ਹੀ ਨਹੀਂ ਹੈਗਾ, ਫਿਰ ਪੈਰਾਮੀਟਰ ਕੀ ਰਹੇ? ਦੇਖੋ, ਕਾਰਨ ਇਹ ਹੈਗਾ ਕਿ ਲਿਆਂਦੇ ਉਹ ਜਾਣਗੇ ਜਿਹੜੇ ਵਿਰਸੇ ਦੀ ਗੱਲ ਕਰਦੇ ਨੇ, ਜਿਹੜੇ ਬਾਤ ਪਾਉਂਦੇ ਨੇ ਵਿਰਸੇ ਦੀ, ਅਤੇ ਜਿਨ੍ਹਾਂ ਨੇ ਹਾਲੇ ਵੀ ਮਤਲਬ ਕਿ ਉਹ ਸਾਡੀਆਂ ਪੁਰਾਣੀਆਂ ਵਿਧਾਵਾਂ ਨੂੰ, ਪੁਰਾਣੇ ਲੋਕ ਸਾਜ਼ਾਂ ਨੂੰ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ, ਅਤੇ ਲੋਕਾਂ ਸਾਹਮਣੇ ਉਹ ਸਨਮੁੱਖ ਹੁੰਦੇ ਨੇ, ਆਪਦੀ ਪਰਫੋਰਮੈਂਸਿਸ ਕਰਦੇ ਨੇ। ਸੋ ਸਾਡਾ ਕੰਮ ਤਾਂ ਇਹੀ ਹੈ ਕਿ ਅਸੀਂ ਆਪਦੇ ਉਹਨਾਂ ਬੱਚਿਆਂ ਨੂੰ ਗਾਈਡ ਕਰੀਏ ਅਤੇ ਹੋਰ ਬਿਹਤਰ ਕੰਮ ਕਰਨ, ਹੋਰ ਲੋਕ ਉਹਨਾਂ ਨੂੰ ਮਾਣ ਸਨਮਾਨ ਦੇਣ। ਬਾਈ ਜੀ, ਇੱਕ ਚੀਜ਼ ਦੇਖਿਆ ਜਾਵੇ, ਕੰਗਨਾ ਰਣੌਤ ਵਾਲਾ ਮਸਲਾ ਬਹੁਤ ਭਖ ਰਿਹਾ, ਉਹ ਆਪਣੇ ਲਗਾਤਾਰ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਆਉਂਦੀ ਰਹਿੰਦੀ ਆ, ਚਾਹੇ ਬੀਜੇਪੀ ਨੇ ਕਹਿ ਦਿੱਤਾ ਸੀ ਜਿਹਦੇ ਬਾਰੇ ਕਿਸਾਨਾਂ ਬਾਰੇ ਗੱਲ ਕੀਤੀ ਸੀ, ਫਿਲਮ ਬਾਰੇ ਗੱਲ ਕੀਤੀ, ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ, ਤੁਸੀਂ ਕਿਵੇਂ ਦੇਖਦੇ ਹੋ ਪੰਜਾਬੀ ਮਿਊਜ਼ਿਕ ਇੰਡਸਟਰੀ ਇਸ? ਦੇਖੋ, ਮੈਂ ਕਹਿੰਦੇ ਨੇ ਜਿਹੜਾ ਇੱਥੇ ਸਾਡੇ ਸਟੇਟ ਦਾ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਸੈਂਸਰ ਬੋਰਡ ਬਣਾਇਆ, ਅਤੇ ਮੈਂ ਉਹਦੇ ਨਾਲ ਵੀ ਜੁੜਿਆ ਹੋਇਆ। ਕੱਲ੍ਹ ਵੀ ਇਹ ਕੁਐਸਚਨ ਪੁੱਟ ਅਪ ਕੀਤਾ ਅਤੇ ਅਸੀਂ ਕਿਹਾ ਵੀ ਜਿੰਨੀ ਦੇਰ ਤੱਕ ਉਹਦੀ ਫਿਲਮ ਸਾਡੇ ਕੋਲ ਨਹੀਂ ਆਉਂਦੀ, ਉਨੀ ਦੇਰ ਤੱਕ ਤਾਂ ਮੈਂ ਉਸ ਕੋਈ ਕਮੈਂਟ ਨਹੀਂ ਕਰ ਸਕਦਾ। ਪਰ ਮੈਂ ਅੱਜ ਨਿਊਜ਼ ਪੇਪਰ 'ਚ ਪੜ੍ਹ ਰਿਹਾ ਸੀ ਕਿ ਹਾਲੇ ਸੈਂਸਰ ਨੇ ਉਹਨੂੰ ਪਾਸ ਨਹੀਂ ਕੀਤਾ। ਫਿਲਮ ਸੈਂਸਰ ਨੇ ਤਾਂ ਪਾਸ ਨਹੀਂ ਕੀਤੀ, ਪਰ ਉਹ ਬਿਆਨ ਜਿਸ ਤਰ੍ਹਾਂ ਦੇ ਦੇ ਰਹੀ ਆ, ਇਹਨੂੰ ਕਿਸ ਤਰ੍ਹਾਂ ਦੇਖ? ਦੇਖੋ, ਤੁਹਾਨੂੰ ਜਿਹੜੀ ਇੱਕ ਕਹਿੰਦੇ ਨੇ ਸਾਡੇ ਸੰਵਿਧਾਨ ਨੇ ਇੱਕ ਅਧਿਕਾਰ ਦਿੱਤਾ ਹੈਗਾ ਫਰੀਡਮ ਆਫ ਐਕਸਪ੍ਰੈਸ਼ਨ ਦਾ। ਹੁਣ ਜਿਹੜਾ ਬੰਦਾ ਗਲਤ ਬਿਆਨਬਾਜ਼ੀ ਕਰਦਾ ਹੈ ਅਤੇ ਉਹ ਕੰਡੈਮ ਹੋ ਜਾਂਦਾ, ਜਿਹੜਾ ਚੰਗੀ ਕਰਦਾ ਉਹ ਸਰਾਹਿਆ ਜਾਂਦਾ। ਨੌਜਵਾਨਾਂ ਨੂੰ ਵਿਰਸੇ ਦੇ ਨਾਲ ਜੁੜਨ ਦੇ ਲਈ
ਅਵਾਰਡ ਸ਼ੁਰੂ ਕੀਤਾ ਜਾ ਰਿਹਾ ਅਤੇ ਕੰਗਨਾ ਰਣੌਤ ਬਾਰੇ ਵੀ ਗੱਲ ਕਹੀ ਹੈ ਕਿ ਅਧਿਕਾਰ ਜ਼ਰੂਰ ਆ ਗੱਲ ਕਰਨ ਦਾ, ਆਪਣੇ ਬਿਆਨ ਨੂੰ ਕਿਸ ਤਰ੍ਹਾਂ ਰੱਖਦੇ ਇਹ ਉਹਨਾਂ ਦਾ ਪੱਖ ਆ। ਚੰਡੀਗੜ੍ਹ ਤੋਂ ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਜਾਖੋ।